अफसोस तो हैगा करी शर्म आउंदी इस गल विच बेचता रहा किन्ने देखो जिहड़ा चिट्टा लाउंदा ना वह तो आपकी जिंदगी खराब करता जां आपके घरदिआं दी कर दिंदा भाई जिहड़ा चिट्टा बेचता तो इलाके की जिंदगी खराब कर किन्ने मावां दे पुत मारते एक तेनू तेनू किसी पहला पहला चार पैसे बनते थे बाद तेन आपकी खुराक चक्करी मतलब सी आप खाना आप लाना किन्ने इलाके के मुंडे बेचता रहा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 24 ਮਾਰਚ 2023 ਦੇ ਵਿੱਚ ਹਰਜਿੰਦਰ ਸਿੰਘ ਨੂੰ ਅਤੇ ਜਸਪ੍ਰੀਤ ਸਿੰਘ ਨੂੰ ਅਸੀਂ ਮੁੱਖ ਮੰਤਰੀ ਸਾਹਿਬ ਦੇ ਪਿੰਡੋਂ ਹੀ ਲੈ ਕੇ ਆਏ ਸੀ ਇੱਕ ਕਿਸਮ ਦੇ ਜ਼ਿਲ੍ਹਾ ਪੈਨਸ ਨੂੰ ਬਠਿੰਡਾ ਅਤੇ ਮਹਿਰਾਜ ਪਿੰਡ ਮਹਿਰਾਜ ਮਹਿਰਾਜ ਪਿੰਡ ਦੇ ਵਿੱਚ ਇਹ ਵੀਰ ਦੋਨੋਂ ਪਿਓ ਪੁੱਤ ਨੇ ਇਹ ਬੰਦ ਹੋਏ ਇੱਕ ਪੋਲਟਰੀ ਫਾਰਮ ਦੇ ਵਿੱਚ ਪਏ ਸੀ ਹਰਜਿੰਦਰ ਦੇ ਬਾਂਹ 'ਚ ਸਾਰੇ ਕੀੜੇ ਪਏ ਹੋਏ ਸੀਗੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਬਾਂਹ ਵੀ ਠੀਕ ਹੋ ਗਈ ਜ਼ਿੰਦਗੀ ਵੀ ਬਚ ਗਈ ਹੈ ਅੱਜ ਜਸਪ੍ਰੀਤ ਵੀ ਠੀਕ ਆ ਆਪਦੀ ਸਿਹਤ ਵੀ ਬਚਾ ਲਈ ਇਹਨੇ ਪਰ ਇੱਥੋਂ ਵਿੱਚੋਂ ਸਾਡੇ ਕੋਲੋਂ ਇਹ ਪਿਛਲੇ 1.5 ਸਾਲ ਦੇ ਵਿੱਚ 6 ਮਹੀਨੇ ਸਾਡੇ ਕੋਲ ਰਿਹਾ ਇਹ ਫਿਰ ਇਹ ਚਲਾ ਗਿਆ ਜੀ ਸਾਡੇ ਕੋਲੋਂ ਹਰਜਿੰਦਰ ਸਿੰਘ ਇੱਥੇ ਰਿਹਾ ਸਾਡੇ ਕੋਲ ਨਸ਼ਾ ਪੱਤਾ ਵੀ ਛੁੱਟ ਗਿਆ ਇਹਨਾਂ ਦਾ ਸਾਰਾ ਕੋਈ ਨਸ਼ਾ ਨਹੀਂ ਕਰਦੇ ਕੋਈ ਦਵਾਈ ਨਹੀਂ ਚੱਲਦੀ ਬਿਲਕੁਲ ਠੀਕ ਨੇ ਹੁਣ ਪਰ ਜਸਪ੍ਰੀਤ ਨੇ ਫਿਰ ਪਿੱਛੇ ਜੇ ਕੋਈ ਪੰਗਾ ਲੈ ਲਿਆ ਪਰਚਾ ਦਰਜ ਹੋ ਗਿਆ ਜੇਲ੍ਹ ਚਲਿਆ ਗਿਆ ਫਿਰ ਹਰਜਿੰਦਰ ਸਿੰਘ ਜਾ ਕੇ ਛੁਡਾ ਕੇ ਲਿਆ ਗਿਆ ਜਮਾਨਤ ਜਮੂਨਤ ਕਰਾ ਕੇ ਫਿਰ ਕਿਸੇ ਦੀ ਮਿਹਨਤ ਅਲਾ ਕਰਕੇ ਇਹਨੂੰ ਲੈ ਕੇ ਆਇਆ ਛੁਡਾ ਕੇ ਹੁਣ ਇਹ ਜੇਲ੍ਹ ਤੋਂ ਆਏ ਨੂੰ ਵੀ ਮਹੀਨਾ 1.5 ਮਹੀਨਾ ਹੋ ਗਿਆ ਇੱਥੇ ਠੀਕ ਆ ਦੋਨੋਂ ਪਿਓ ਪੁੱਤ ਸਾਡੇ ਕੋਲ ਰਹੀ ਜਾਂਦੇ ਆ ਵਧੀਆ ਅਸੀਂ ਤਾਂ ਚਾਹੁੰਦੇ ਸੀ ਵੀ ਚਲੋ ਇੱਥੇ ਰਹਿਣ ਸਾਡੇ ਕੋਲ ਨਾ ਜਾਣ ਕਿਤੇ ਪਰ ਅੱਜ ਇਹ ਹਰਜਿੰਦਰ ਦੱਸਦਾ ਭੈਣ ਤੇਰਾ ਕੀ ਨਾਂ ਸੁਖਪਾਲ ਕੌਰ ਤੂੰ ਵੀ ਮਹਿਰਾਜ ਤੋਂ ਹੀ ਆਈ ਕਿ ਮਹਿਰਾਜ ਤੋਂ ਹੀ ਆ ਭੈਣ ਸੁਖਪਾਲ ਕੌਰ ਇਹ ਲੈਣ ਆਈ ਆ ਅਤੇ ਹਰਜਿੰਦਰ ਸਿੰਘ ਵੀ ਜਾਣਾ ਚਾਹੁੰਦਾ ਜਸਪ੍ਰੀਤ ਸਿੰਘ ਵੀ ਅਸੀਂ ਉੱਥੇ ਰਵਾਂਗੇ ਅਸੀਂ ਜਾ ਕੇ ਉੱਥੇ ਆਪਦਾ ਕੋਈ ਕੰਮ ਕਾਰ ਕਰ ਲਾਂਗੇ ਚਲੋ ਮਹਾਰਾਜ ਕਿਰਪਾ ਕਰਨ ਇਹ ਆਪਣੇ ਯੋਗਾ ਕੋਈ ਕੰਮ ਕਰ ਲੈਣ ਦੋਨੋਂ ਪਿਓ ਪੁੱਤ ਤੰਦਰੁਸਤ ਨੇ ਤਕੜੇ ਨੇ ਬਸ ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਸਮੱਤ ਬਖਸ਼ਣ ਵੀ ਇਹ ਦੁਬਾਰਾ ਫਿਰ ਉਹਨਾਂ ਮਾੜੇ ਕੰਮਾਂ 'ਚ ਨਾ ਪੈਣ ਜਿਨ੍ਹਾਂ ਦੇ ਕਰਕੇ ਪਹਿਲਾਂ ਕੀੜੇ ਪੈ ਗਏ ਕੀ ਹਾਲਤ ਬਣ ਗਈ ਚਿੱਟੇ ਨੇ ਦੋਨੋਂ ਪਿਓ ਪੁੱਤਾਂ ਦੀ ਘਰ ਬਾਰ ਵੀ ਵਿਕ ਗਿਆ ਸਭ ਕੁਛ ਖਤਮ ਹੋ ਗਿਆ ਪਰ ਇੱਕ ਕੰਮ ਕੋਈ ਚੰਗਾ ਕੀਤਾ ਸੀ ਜਿਹੜਾ ਸੁਖਪਾਲ ਕੌਰ ਨੂੰ ਇਹਨਾਂ ਨੇ ਉਸ ਮਾੜੇ ਸਮੇਂ 'ਚ ਘਰ ਬਾਰ ਪਾ ਕੇ ਦਿੱਤਾ ਸੀ ਅਤੇ ਅੱਜ ਸੁਖਪਾਲ ਕੌਰ ਵੀ ਆਪਣਾ ਫਰਜ਼ ਨਿਭਾਉਣ ਆਈ ਉਹ ਕਹਿੰਦੀ ਵੀ ਇਹ ਮੇਰੇ ਕੋਲ ਰਹਿ ਪੈਣਗੇ ਵੀ ਮੈਂ ਇਹਨਾਂ ਨੂੰ ਲੈਣ ਆਈ ਹਾਂ ਵੀ ਮੈਂ ਆਪੇ ਜੋ ਖਾਨੀ ਆ ਨਾਲ ਇਹਨਾਂ ਨੂੰ ਵੀ ਅਸੀਂ ਰਲ ਮਿਲ ਕੇ ਖਾਵਾਂਗੇ ਸਮਾਜ ਜੋ ਮਰਜ਼ੀ ਕਹੇ ਪਰ ਅੱਜ ਦੇ ਸਮੇਂ 'ਚ ਕੱਖੋਂ ਹੌਲੇ ਹੋਏ ਇਹਨਾਂ ਪਿਓ ਪੁੱਤਾਂ ਨੂੰ ਕੋਈ ਮਿਲਣ ਨਹੀਂ ਆਇਆ ਅੱਜ ਤੱਕ ਕੋਈ ਕਹਿਣ ਨਹੀਂ ਆਇਆ ਵੀ ਅਸੀਂ ਤੁਹਾਡੇ ਨਾਲ ਹਾਂ ਚਲੋ ਜਿਵੇਂ ਮਰਜ਼ੀ ਸੁਖਪਾਲ ਕੌਰ ਇੱਥੇ ਆਈ ਤਾਂ ਹੈ ਨਾ ਅਤੇ ਸੁਖਪਾਲ ਕੌਰ ਦਾ ਵੀ ਧੰਨਵਾਦ ਆ ਅਤੇ ਹੁਣ ਰਜਿੰਦਰ ਸਿੰਘ ਅਤੇ ਜਸਪ੍ਰੀਤ ਵਾਸਤੇ ਅਰਦਾਸ ਕਰਿਓ ਤੁਸੀਂ ਵੀ ਬਸ ਇਹ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਆਪਣਾ ਕੋਈ ਕਿਰਤ ਕਮਾਈ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ